ਪਰਿਵਾਰ ਦਾ ਘਰੇਲੂ ਕਲੇਸ਼ ਕਿੰਨਾ ਗੰਭੀਰ ਰੂਪ ਧਾਰਨ ਕਰ ਸਕਦਾ ਹੈ, ਇਸ ਦੀ ਮਿਸਾਲ ਦੇਖਣ ਨੂੰ ਮਿਲੀ ਅਹਿਮਦਗੜ੍ਹ ਵਿਖੇ, ਜਿੱਥੇ ਕਿ ਪਤੀ ਪਤਨੀ ਵਿਚਕਾਰ ਚੱਲ ਰਹੇ ਕਲੇਸ਼ ਕਾਰਨ ਪਤੀ ਨੇ ਆਪਣੀ ਪਤਨੀ ਦਾ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਬਿਮਲਾ ਰਾਣੀ ਵਜੋਂ ਹੋਈ ਹੈ। ਇਸ ਸੰਬੰਧੀ ਮ੍ਰਿਤਕ ਬਿਮਲਾ ਰਾਣੀ ਦੀ ਬੇਟੀ ਨੇ ਦੱਸਿਆ ਕਿ ਇੱਕ ਰਾਤ ਪਹਿਲਾਂ ਹੀ ਉਸ ਦੇ ਪਿਤਾ ਰਵੀ ਲਾਲ ਦੀ ਮਾਤਾ ਬਿਮਲਾ ਰਾਣੀ ਨਾਲ ਲੜਾਈ ਹੋਈ ਸੀ ਅਤੇ ਸਵੇਰੇ ਰਵੀ ਨੇ ਬਿਮਲਾ ਰਾਣੀ ਦੀ ਕਿਰਪਾਨ ਮਾਰ ਦਿੱਤੀ ਅਤੇ ਘਰੋਂ ਚਲਾ ਗਿਆ। ਇਸ ਤੋਂ ਬਾਅਦ ਉਸ ਦੀ ਮਾਸੀ, ਜੋ ਉਹਨਾਂ ਦੇ ਘਰ ਦੇ ਨਾਲ ਹੀ ਰਹਿੰਦੀ ਹੈ, ਨੇ ਆ ਕੇ ਦੇਖਿਆ ਤਾਂ ਉਸ ਦੀ ਮਾਤਾ ਖੂਨ ਨਾਲ ਲੱਥਪੱਥ ਪਈ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਗਏ। ਬੇਟਾ ਕੀ ਹੋਇਆ ਸੀਗਾ ਘਰੇ, ਕਿਵੇਂ ਲੜਾਈ ਹੋਈ ਹੈ ਤੁਹਾਡੇ ਮੰਮੀ ਦੀ ਜਾਂ ਕੀ ਹੋਇਆ ਸੀਗਾ? ਲੜਾਈ ਹੋਈ ਸੀ। ਲੜਾਈ ਕਦੋਂ ਹੋਈ ਸੀ? ਰਾਤ ਨੂੰ ਹੋਈ ਸੀਗੀ ਇਹ? ਹਾਂਜੀ। ਫਿਰ ਉਹਦੇ ਵਿੱਚ ਕੀ ਹੋਇਆ ਲੜਾਈ ਦੇ ਵਿੱਚ, ਕੀ ਡੈਡੀ ਨੇ ਕੀ ਕੀਤਾ? ਪਹਿਲਾਂ ਰਾਤ ਨੂੰ ਡੈਡੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਹਾਂਜੀ। ਫਿਰ ਲੜਾਈ ਬਹੁਤ ਹੋਈ। ਅੱਛਾ। ਫਿਰ ਘਰੇ ਜਿੰਦਾ ਲਾਤਾ ਸੀਗਾ ਡੈਡੀ ਨੂੰ ਅੰਦਰ। ਡੈਡੀ ਨੂੰ ਅੰਦਰ ਜਿੰਦਾ ਲਾਤਾ? ਫਿਰ ਅਸੀਂ ਵੀ ਵਿੱਚ ਹੀ ਪਏ ਸੀ ਕਿ ਡੈਡੀ ਨੂੰ ਅਸੀਂ ਬਾਹਰ ਨਹੀਂ ਨਿਕਲਣ ਦੇਣਾ। ਹਾਂਜੀ। ਹਾਂਜੀ। ਫਿਰ ਉਸ ਤੋਂ ਬਾਅਦ ਅਸੀਂ ਪੈ ਗਏ ਸਾਰੇ ਜਣੇ। ਠੀਕ ਹੈ। ਫਿਰ ਉਸ ਤੋਂ ਬਾਅਦ ਡੈਡੀ ਦੁਬਾਰੇ ਉੱਠ ਕੇ ਬੋਲਣ ਲੱਗ ਗਏ। ਅੱਛਾ। ਫਿਰ ਸਵੇਰੇ ਅਸੀਂ ਚਾਹ ਪਾਣੀ ਪੀਤਾ, ਔਰ ਮੈਂ ਅਤੇ ਮੇਰਾ ਚਾਚਾ ਅਸੀਂ ਸਾਰੇ ਸਮਾਨ ਲੈਣ ਚਲੇ ਗਏ। ਉਹ ਪਿੱਛੋਂ ਡੈਡੀ ਨੇ ਮੰਮੀ ਦੇ ਤਲਵਾਰ ਮਾਰੀ। ਤਲਵਾਰ ਮਾਰੀ ਆ? ਉਹ ਉਦੋਂ ਬਾਅਦ ਤੁਸੀਂ ਉਹ ਉਸ ਟਾਈਮ ਜਦੋਂ ਤਲਵਾਰ ਵੱਜੀ ਉਦੋਂ ਰੌਲਾ ਰੂਲਾ ਪਾਇਆ ਮੰਮੀ ਨੇ ਜਾਂ ਕਿਵੇਂ ਪਤਾ ਲੱਗਿਆ? ਉੱਥੇ ਹਸਪੀਟਲ 'ਚ ਕਿਵੇਂ ਲੈ ਕੇ ਗਏ ਉਹਨਾਂ ਨੂੰ? ਉੱਥੇ ਮਾਸੀ ਵਾਸ਼ਰੂਮ 'ਚ ਸੀ, ਮਾਸੀ ਨੇ ਮੰਮੀ ਦੀ ਚੀਕਣ ਦੀ ਆਵਾਜ਼ ਸੁਣੀ ਔਰ ਮਾਸੀ ਭੱਜ ਕੇ ਗਈ। ਜੇ ਦੂਜਾ ਛੁਰਾ ਮਾਰਨ ਲੱਗ ਗਿਆ ਤਾਂ ਮਾਸੀ ਨੇ ਡੈਡੀ ਨੂੰ ਪਿੱਛੋਂ ਫੜ ਲਿਆ। ਉੱਧਰ ਮ੍ਰਿਤਕ ਦੇ ਜੀਜਾ ਨੇ ਦੱਸਿਆ ਕਿ ਇੱਕ ਰਾਤ ਪਹਿਲਾਂ ਹੀ ਦੋਵਾਂ ਵਿਚਕਾਰ ਆਪਸੀ ਝਗੜਾ ਹੋਇਆ ਸੀ, ਜੋ ਕਿ ਇੰਨਾ ਵੱਧ ਗਿਆ ਸੀ ਕਿ ਰਵੀ ਨੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰੰਤੂ ਕਿਸੇ ਤਰ੍ਹਾਂ ਉਸ 'ਤੇ ਕਾਬੂ ਪਾ ਲਿਆ ਗਿਆ ਅਤੇ ਸਵੇਰੇ ਉਸਨੇ ਆਪਣੀ ਪਤਨੀ ਦੀ ਕਿਰਪਾਨ ਮਾਰ ਦਿੱਤੀ। ਇਹਨਾਂ ਦੀ ਜੀ ਇੱਕ ਰਾਤ ਪਹਿਲਾਂ ਮੀਆਂ ਬੀਬੀ ਲੜਾਈ ਹੋਈ, ਉਹਨੇ ਆਪਣੇ ਆਪ ਨੂੰ ਪਹਿਲਾਂ ਪਰਾਲੀ ਜਾ ਕੇ ਅੱਗ ਲਾ ਲਈ, ਆਪਦਾ ਪੈਰ ਮਚਾਲਿਆ, ਫਿਰ ਬਿਮਲਾ ਮੇਰੀ ਛੋਟੀ ਸਾਲੀ ਨੇ ਜਾ ਕੇ ਛੜਾਇਆ ਵੀ ਤੁਸੀਂ ਲੜਾਉਣਾ, ਵੀ ਤੁਸੀਂ ਲੜਾਈ ਕਰੋ, ਵੀ ਲੜਾਈ ਨਾ ਕਰੋ, ਤੁਸੀਂ ਆ ਮਰਨ ਵਾਲੀ ਧਮਕੀਆਂ ਕੀ ਦਿੰਦੇ ਹੋ। ਫਿਰ ਜੀ ਇੱਕ ਰਾਤ ਪਹਿਲਾਂ ਬਿਮਲਾ ਅਤੇ ਰਵੀ ਦੀ ਲੜਾਈ ਹੋਈ, ਫਿਰ ਅਗਲੇ ਦਿਨ ਰਵੀ ਨੇ ਉਹਦੇ ਕਿਰਪਾਨ ਮਾਰੀ, ਜੋ ਇੱਥੇ ਪੁਲਿਸ ਨੇ ਕਾਰਵਾਈ ਕੀਤੀ ਆ ਵੀ ਪਰਚਾ ਦੇ ਤਾ ਉਹਦੇ 'ਤੇ, ਵੀ ਕੱਲ੍ਹ ਇੱਥੇ ਅਸੀਂ ਸਰਕਾਰੀ ਹਸਪਤਾਲ ਲੈ ਕੇ ਗਏ, ਇਹਨਾਂ ਨੇ ਸਾਨੂੰ ਸੰਗਰੂਰ ਰੈਫਰ ਕਰਤਾ, ਜੋ ਅੱਜ ਵੀ ਪੋਸਟਮਾਰਟਮ ਹੋਊਗਾ ਤਾਂ ਫਿਰ ਉਹਦੇ 'ਤੇ। ਰੈਫਰ ਪਟਿਆਲੇ ਕੀਤਾ ਸੀ ਸਾਨੂੰ, ਇੱਥੇ ਪਟਿਆਲੇ ਰੈਫਰ ਕੀਤਾ ਸੀ, ਰਾਸਤੇ ਜਾਂਦੇ ਜਾਂਦੇ ਪੂਰੀ ਹੋ ਗਈ, ਜੋ ਸੰਗਰੂਰ ਆ ਪਈ ਆ ਉਹਦੀ ਡੈਡ ਬੋਡੀ। ਫਿਰ ਉਹਨਾਂ ਨੇ ਜੀ ਪਹਿਲਾਂ ਸੀ ਮਰੇ ਕੋਲੇ, ਕਦੋਂ ਉਹਦੇ ਹਨਾ ਮੂੰਹ ਵਿੰਗਾ ਹੋਣ ਲੱਗ ਗਿਆ ਜੀ, ਫਿਰ ਮਰੇ ਕੋਲੇ ਮੂੰਹ ਵਿੰਗਾ ਹੋਣ ਲੱਗਿਆ, ਉਹ ਡਾਕਟਰ ਨੇ ਚੈੱਕ ਕੀਤਾ, ਉਹ ਕਹਿੰਦੇ ਵੀ ਹਾਂਜੀ, ਫਿਰ ਕਹਿੰਦੇ ਸੰਗਰੂਰ ਲੈ ਜਾਓ। ਸੰਗਰੂਰ ਜਾਂਦੇ ਜਾਂਦੇ ਰਾਹ 'ਚ ਪੂਰੀ ਸੰਗਰੂਰ ਹਸਪਤਾਲ ਲੈ ਕੇ ਗਏ, ਉਹ ਕਹਿੰਦੇ ਡੈਡ ਹੋ ਗਈ ਆ। ਇਹ ਮੇਰੀ ਛੋਟੀ ਸਾਲੀ ਦੇ ਉੱਪਰ ਹੋਏ ਜੀ, ਉਹਨਾਂ ਨੂੰ ਹੈਗਾ ਜੀ ਪ੍ਰਮੋਦ, ਉਹਦੀ ਧਾਰ ਉਹਦੀ ਕਾਰਵਾਈ ਉਹਨੇ ਬਿਆਨ ਦਿੱਤੇ, ਉਹਦੀ ਬਿਆਨਾਂ 'ਤੇ ਪਰਚਾ ਹੋਇਆ ਜੀ। ਆਹੀ ਜੀ ਵੀ ਕਤਲ ਦਾ ਜੀ, ਹਾਂਜੀ ਵੀ ਕਤਲ ਦਾ, ਵੀ ਸਾਨੂੰ ਸਜ਼ਾ ਮਿਲਣਾ ਚਾਹੀਦਾ, ਵੀ ਉਹਨੂੰ ਕਤਲ ਦਾ ਵੀ ਸਾਨੂੰ ਵੀ ਉਹਨੂੰ ਅੰਦਰ ਜਾਣਾ ਚਾਹੀਦਾ। ਉਹਦੇ ਕਿਹਦਾ ਜੀ? ਬਿਮਲਾ ਦੇ ਘਰ ਵਾਲਾ, ਉਹਦਾ ਨਾਮ ਹੈਗਾ ਰਵੀ ਲਾਲ ਜੀ। ਉਹ ਤਾਂ ਜੀ ਕਤਲ ਇੱਥੋਂ ਘਰੇ ਕਿਰਪਾਨ ਮਾਰ ਕੇ ਚਲਾ ਗਿਆ ਸੀ, ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਵੀ ਕਿੱਥੇ ਆ ਜੀ ਕਿੱਥੇ ਨਹੀਂ।